ਤੁਰ ਸਮੇਂ ਦੇ ਵਿੱਚ ਉਸ ਪਹਿਲਵਾਨ ਦੀ ਵੀ ਆਪਾਂ ਸਲਾਮੀ ਦਵਾਵਾਂਗੇ। ਇੱਕ ਵਾਰ ਫਿਰ ਤੋਂ ਨਿੱਕੀਆਂ ਨੂੰ ਦੋਨੋਂ ਖਾੜੇ ਖਾੜਾ ਡੂਮਚਰੀ ਤੇ ਪੱਟੀ ਸਾਡੇ ਵਿਚਾਰ ਉੱਚੇ ਤੌਰ ਤੇ ਪੁੱਜੇ ਨੇ। ਨਿਰਮਲ ਸੁਰਪਰ ਵਿਕਰਾਂਤ ਜਿੱਤ ਪਰ ਬਹੁਤ ਹੀ ਪਿਆਰੀ ਕੁਸ਼ਤੀ ਜਿਹੜੀ ਮੈਦਾਨ ਦੇ ਵਿੱਚ ਹੋਣ ਜਾ ਰਹੀ ਹੈ। ਵਿਕਰਾਂਤ ਵੀ ਕਹਿੰਦੇ ਚੋਟੀ ਦਾ ਲੜਾਂਦਾ ਹੈ, ਨਾਲ ਨਿਰਮਲ ਵੇਖਦੇ ਹੈ। ਅਗਲੀ ਕੁਸ਼ਤੀ ਦੀਪਕ ਪਟਿਆਲਾ ਮੋਨਾ ਸੁਹਾਣਾ, ਆਓ ਪਹਿਲਵਾਨ ਦੀਪਕ ਪਟਿਆਲਾ ਮੋਨਾ ਸੁਹਾਣਾ। ਇੱਕ ਮਿੰਟ ਅਗਲੀ ਕੁਸ਼ਤੀ ਗਈ ਜੀ। ਸਰਦਾਰ ਬਲਕਾਰ ਸਿੰਘ ਜੀ ਫਿਰੋਜ਼ਪੁਰ 5100 ਰੁਪਇਆ, ਗੁਰਨਾਮ ਪਹਿਲਵਾਨ ਜੀ ਬੁਲਾਣੇ ਵਾਲੇ 1100 ਰੁਪਇਆ ਦੰਗਲ ਲਈ ਦਿੰਦੇ ਨੇ। ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵੀਰ ਅੱਜ ਦੇ ਇਸ ਦੰਗਲ ਦੇ ਵਿੱਚ ਸਹਿਯੋਗ ਦੇ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੀ ਕੁਸ਼ਤੀ ਦੀਪਕ ਪਹਿਲਵਾਨ ਪਟਿਆਲਾ ਤੇ ਮੋਹਣੇ ਸਵਾਣੇ ਦੇ ਦਰਮਿਆਨ ਜਿਹੜੀ ਸ਼ੁਰੂ ਹੋ ਗਈ ਹੈ। ਭਗਤ ਸਿੰਘ ਅੰਬਾਲਾ ਲਾਡੀ ਲਚਕਾਣੀ, ਇੱਧਰ ਬਹਾਦਰ ਸਿੰਘ ਜਟਬਾੜ ਉਚੇ ਤੌਰ ਤੇ ਪੁੱਜਿਆ, ਕਹਿੰਦੇ ਰੇਸ ਲਾਏਗਾ, ਚੱਕਰ ਲਗਾਏਗਾ ਇਸ ਗਰਾਊਂਡ ਦੇ, 50 ਚੱਕਰ ਲਗਾਏਗਾ। ਅਗਲੀ ਕੁਸ਼ਤੀ ਦੇ ਪਹਿਲਵਾਨ ਬਿਲਕੁਲ ਤਿਆਰ ਰਹਿਣਗੇ, ਭਗਤ ਸਿੰਘ ਅੰਬਾਲਾ ਲਾਡੀ ਲਚਕਾਣੀ। ਮੀਤਾ ਚਾਹ ਵਾਲਾ ਸੰਧੂਪੁਰ ਤੋਂ 500 ਰੁਪਇਆ ਦੇ ਸਦੰਗਲ ਲਈ ਪੁੱਜੇ ਕਰਦਾ, ਬਹੁਤ ਬਹੁਤ ਧੰਨਵਾਦ ਮੀਤੇ ਭਾਜੀ ਹੋਰਾਂ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਵੱਲੋਂ ਵੱਡੇ ਸਹਿਯੋਗ ਆਪਦੇ ਸਦੰਗਲ ਲਈ ਦਿੱਤੇ ਗਏ ਨੇ, ਬਹੁਤ ਬਹੁਤ ਧੰਨਵਾਦ। ਦਿਲਦਾਰ ਸਿੰਘ ਜੀ ਨੰਬਰਦਾਰ 1100 ਰੁਪਇਆ ਦੰਗਲ ਲਈ ਦਿੰਦੇ ਨੇ, ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਸਾਰੇ ਦਾਦੀ ਸੱਜਣਾਂ ਦਾ ਜ਼ਰੂਰ ਧੰਨਵਾਦ ਕਰਦੇ ਹਾਂ। ਕਹਿੰਦੇ ਹਿੰਮਤ ਸਿੰਘ ਜੀ ਜਿਹਨਾਂ ਵੱਲੋਂ 11000 ਦੇ ਸਹਿਯੋਗ ਨੇ, ਨਰਪਿੰਦਰ ਸਿੰਘ ਜੀ ਕਾਕਾ 7100 ਰੁਪਇਆ, ਗੁਰਸੇਵਕ ਬਲਾਣਾ ਜੀ 7100 ਰੁਪਇਆ, ਸੁਪੁੱਤਰ ਨੇ ਸਰਦਾਰ ਰਾਜਵੀਰ ਸਿੰਘ ਜੀ ਬਲਾਣਾ ਹੋਰਾਂ ਦੇ, ਇਸੇ ਤਰ੍ਹਾਂ ਜੱਟਾਂ ਦੇ ਕਮਲੀਏ 5100 ਰੁਪਇਆ, ਨਿਰਮਲ ਸਿੰਘ ਜੀ 1100, ਸੁਖਦੀਪ ਸਿੰਘ ਜੀ 2100 ਰੁਪਇਆ, ਉੱਥੇ ਮਹਿੰਦਰ ਸਿੰਘ ਜੀ 3000 ਰੁਪਏ ਦੇ ਸਹਿਯੋਗ ਦਿੰਦੇ ਨੇ। ਅੱਜ ਦੇ ਸਦੰਗਲ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉੱਥੇ ਹੀ
ਬਹੁਤ ਹੀ ਸਤਿਕਾਰਯੋਗ ਦਵਿੰਦਰ ਸਿੰਘ ਜੀ ਨਿਊਜ਼ੀਲੈਂਡ ਵਾਲੇ ਦਵਿੰਦਰ ਸਿੰਘ ਜੀ ਮਲਾਣਾ ਨਿਊਜ਼ੀਲੈਂਡ 5100 ਰੁਪਇਆ ਜਨਰਲ ਸਿੰਘ ਜੀ ਲੋਹਗੜ੍ਹ ਤੋਂ ਨੇ 1100 ਰੁਪਇਆ ਗੁਰਵਿੰਦਰ ਸਿੰਘ ਜੀ ਕੋਟਲਾ 5100 ਧਰਮ ਸਿੰਘ ਜੀ ਸੱਜਰਪੁਰ 1100 ਸੁਖਦੇਵ ਸਿੰਘ ਜੀ ਮਲਾਣਾ 500 ਇਸੇ ਤਰ੍ਹਾਂ ਬਲਕਾਰ ਸਿੰਘ ਜੀ ਫਿਰੋਜ਼ਪੁਰ 5100 ਗੁਰਨਾਮ ਸਿੰਘ ਜੀ ਪਹਿਲਵਾਨ ਬਲਾਣੇ ਵਾਲੇ 1100 ਰੁਪਇਆ ਮੀਤਾ ਚਾਹ ਵਾਲਾ ਸੰਦੋਪੁਰ ਤੇ 500 ਦੀਦਾਰ ਸਿੰਘ ਜੀ ਨੰਬਰਦਾਰ 1100 ਰੁਪਇਆ ਅੱਜ ਸਹਿਯੋਗ ਇਸ ਦੰਗਲ ਲਈ ਦਿੰਦੇ ਨੇ ਬਹੁਤ ਬਹੁਤ ਧੰਨਵਾਦ ਲਓ ਚੱਲਦੀਆਂ ਹੋਈਆਂ ਕੁਸ਼ਤੀਆਂ ਦੀ ਗੱਲ ਕਰੀਏ ਇਹਨਾਂ ਤੋਂ ਬਾਅਦ ਅਗਲੀ ਕੁਸ਼ਤੀ ਭਗਤ ਸਿੰਘ ਵਾਲਾ ਲਾਡੀ ਲਚਕਾਣੀ ਇਹ ਵੀ ਤਿਆਰ ਬਤਿਆ ਰਹਿਣਗੇ ਉਧਰ ਹੇਮਤ ਸਿੰਘ ਜੀ ਜਿਹਨਾਂ ਵੱਲੋਂ 11000 ਰੁਪਏ ਦੇ ਸਹਿਯੋਗ ਨੇ ਬਕਨੌਰ ਤੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹੇਮਤ ਸਿੰਘ ਜੀ ਬਕਨੌਰ ਜਿਹਨਾਂ ਵੱਲੋਂ 11000 ਦੇ ਸਹਿਯੋਗ ਨੇ ਬਹੁਤ ਬਹੁਤ ਧੰਨਵਾਦ ਜਤਿੰਦਰ ਪੌਣੀਆ ਪਹਿਲਵਾਨ ਸਾਡੇ ਵਿਚਾਰਾਂ ਨੂੰ ਚੇਚੇ ਤੌਰ ਤੇ ਪੁੱਜਿਆ ਕਹਿੰਦੇ ਆਪਣੇ ਸਮੇਂ ਦੇ ਪ੍ਰਸਿੱਧ ਪਹਿਲਵਾਨ ਰਹੇ ਨੇ ਸਾਡੇ ਵਿਚਾਰ ਉਚੇਚੇ ਤੌਰ ਤੇ ਪੁੱਜੇ ਨੇ ਜਤਿੰਦਰ ਪਹਿਲਵਾਨ ਔਰ ਨੂੰ ਵੀ ਨਿੱਘੀਆਂ ਨੂੰ ਆਖਦੇ ਹਾਰਦਿਕ ਸਵਾਗਤ ਤੇ ਨਾਲ ਹੀ ਆਸਟ੍ਰੇਲੀਆ ਚੈਂਪੀਅਨ ਵੀ ਰਹੇ ਨੇ ਅੱਜ ਕੱਲ੍ਹ ਕਹਿੰਦੇ ਜਿਹੜਾ ਵੱਡਾ ਬਿਜ਼ਨਸ ਆਸਟ੍ਰੇਲੀਆ ਦੇ ਵਿੱਚ ਹੈ ਜਤਿੰਦਰ ਪੌਣੀਆ ਜੀ ਸਾਡੇ ਵਿਚਾਰ ਉਚੇਚੇ ਤੌਰ ਤੇ ਪੁੱਜੇ ਨੇ ਨਿੱਘੀਆਂ ਨੂੰ ਹਾਰਦਿਕ ਸਵਾਗਤ ਜੇ ਧਿਆਨ ਰੱਖਦਾ ਵੀ ਅਸੀਂ ਇਕੱਠੇ ਜਿਹੜਾ ਡੁੱਬ ਛੜੀ ਰਹੇ ਹਾਂ ਇੱਕ ਵਾਰ ਫਿਰ ਤੋਂ ਨਿੱਘੀਆਂ ਨੂੰ ਆਖਦੇ ਹਾਂ ਜਤਿੰਦਰ ਪਹਿਲਵਾਨ ਉਚੇਚੇ ਤੌਰ ਤੇ ਬੋਲਿਆ ਨਿੱਘੀਆਂ ਨੂੰ ਹਾਰਦਿਕ ਸਵਾਗਤ ਅਗਲੀ ਕੁਸ਼ਤੀ ਭਗਤ